ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਮਾਈ ਯੂਟਿਊਬ ਫੈਮਿਲੀ, ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ। ਅਲਹਮਦੁਲਿਲ੍ਲਾਹ ਮੈਂ ਵੀ ਠੀਕ ਹਾਂ। ਅਤੇ ਅੱਜ ਦੀ ਰੈਸਪੀ ਮੈਂ ਬਣਾ ਰਹੀ ਹਾਂ ਮੈਂਗੋ ਸ਼ੂਗਰ ਫਰੀ ਮਿੱਠੀ ਡਿਸ਼, ਆਮ ਦੀ ਮਿੱਠੀ ਡਿਸ਼ ਮੈਂ ਬਣਾ ਰਹੀ ਹਾਂ। ਪੰਜਾਬੀ ਵਿੱਚ ਅਸੀਂ ਮਿੱਠੀ ਡਿਸ਼ ਦੱਸ ਰਹੇ ਹਾਂ, ਅਸੀਂ ਪੰਜਾਬੀ 'ਚ ਬੋਲਣੀ ਆਉਂਦੀ ਹੈ। ਅਤੇ ਇਹ ਮੈਂ ਅੱਜ ਰੈਸਪੀ ਬਣਾਉਣੀ ਸ਼ੁਰੂ ਕਰੂੰਗਾ ਅਤੇ ਤੁਸੀਂ ਮੈਂ ਬਣਾਉਂਦੀ ਜਾਵਾਂਗੀ, ਤੁਸੀਂ ਵੇਖਦੇ ਜਾਓਗੇ। ਮੈਂ ਸੋਚਿਆ ਕਿ ਆਪਣੇ ਵਿਵਰਾਂ ਨਾਲ ਸ਼ੇਅਰ ਕਰ ਲਵਾਂ ਕਿ ਮੈਂ ਇਸ ਤਰੀਕੇ ਨਾਲ ਮੈਂਗੋ ਦੀ ਮਿੱਠੀ ਡਿਸ਼ ਬਣਾ ਕੇ ਨਾ ਅਸੀਂ ਖਾਂਦੇ ਹਾਂ, ਅਤੇ ਮੈਂ ਸੋਚਿਆ ਆਪਣੇ ਵਿਵਰਾਂ ਨਾਲ ਵੀ ਸ਼ੇਅਰ ਕਰ ਲਵਾਂ। ਅਤੇ ਹੁਣ ਮੈਂ ਬਣਾਉਂਦੀ ਜਾਵਾਂਗੀ ਅਤੇ ਤੁਸੀਂ ਵੇਖਦੇ ਜਾਓ। ਖੜਕਾ ਨਾ ਕਰਨੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਹੁਣ ਅਸੀਂ ਅੰਬਾਂ ਦੀ ਛਿਲਾਈ ਕਰੂੰਗਾ, ਇਸ ਤਰੀਕੇ ਨਾਲ ਨਾ ਅੰਬ ਛਿੱਲ ਲਵਾਂਗੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਐਂ ਵੇਖ ਰਹੋ ਵੀ ਵਾਰ ਮਾਸ਼ਾਅੱਲਾ, ਇਸ ਤਰ੍ਹਾਂ ਦੀ ਮੈਂ ਅੰਬਾਂ ਦੀ ਕਟਾਈ ਕਰ ਰਹੀ ਹਾਂ। ਇਹ ਜਿਹੜੇ ਨਾ ਮੈਂ ਉੱਤੇ ਡੈਕੋਰੇਟ ਕਰਨੇ ਹਨ, ਡੈਕੋਰੇਟ ਅੰਬ ਜਿਹੜਾ ਕਰਨਾ ਹੈ ਨਾ, ਉਹਨਾਂ ਦੀ ਕਟਾਈ ਕਰ ਰਹੀ ਹਾਂ। ਬਣਾਉਣਾ ਹੈ ਨਾ ਉਹ ਤਾਂ ਮੈਂ ਐਵੇਂ ਰਫਲੀ ਕੱਟ ਕਰ ਲਵਾਂਗੀ, ਉਹਨਾਂ ਦਾ ਤਾਂ ਨਹੀਂ ਹੁੰਦਾ। ਬਸ ਇਸ ਤਰ੍ਹਾਂ ਇੱਕ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਟੁਕੜੀਆਂ ਵਿੱਚ ਕੱਟ ਲਏ ਅੰਬ, ਅਤੇ ਇੱਕ ਇਸ ਤਰ੍ਹਾਂ ਨਾ ਮੈਂ ਰੈਸਪੀ ਬਣਾਉਣੀ ਹੈ। ਉਹ ਜੀ ਹਮ ਪੇਂਟ ਕਰ ਰਹੇ ਬਾਜੀ ਜੀ ਕਾ, ਬਹੁਤ ਪਿਆਰਾ ਡਿਜ਼ਾਇਨ ਹੈ ਜੀ, ਠੀਕ ਹੈ। ਇਸਮੇਂ ਕਲਰਸ ਕੀ ਹਮਾਰੀ ਬਾਜੀ ਨੇ ਚੁਆਇਸ ਕੀ ਹੈ? ਕਰੀਮ ਅਸੀਂ ਬਰਫ ਬਣਾਈ ਹੋਈ, ਬਰਫ ਵਾਲੇ ਖਾਨੇ ਵਿੱਚ ਰੱਖੀਏ ਕਿ ਜ਼ਿਆਦਾ ਨਾ ਥੋੜ੍ਹੀ ਜਿਹੀ ਠੰਡੀ ਹੋਵੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਆਹ ਵੇਖ ਲਓ ਮਾਸ਼ਾਅੱਲਾ, ਦੋ ਕਰੀਮਾਂ ਅਤੇ ਇਹਨਾਂ ਨੂੰ ਅਸੀਂ ਡਿਲੀਟ ਕਰ ਦਿੰਦੇ, ਇਹਨਾਂ ਚੰਗੀ ਤਰ੍ਹਾਂ ਡਿਲੀਟ ਕਰਨਾ। ਫਲੱਫੀ ਫਲੱਫੀ ਜੇ ਚਲੋ ਹੋ ਗਈਆਂ ਨਾ, ਉਸ ਟਾਈਮ ਇਹਨਾਂ ਨੂੰ ਫਿਰ ਬਣਾਉਣਾ। ਸੱਦੀ ਨਾ ਇਨਸਾਨ ਦੀ ਹੋਵੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਆਹ ਵੇਖ ਲਓ ਵੀ ਵਾਰ ਮਾਸ਼ਾਅੱਲਾ, ਮਿੱਠੀ ਡਿਸ਼ ਸਾਡੀ ਬਣ ਕੇ ਰੈਡੀ ਹੋ ਗਈ, ਤਿਆਰ ਹੋ ਗਈ ਹੈ। ਅਤੇ ਹੁਣ ਅਸੀਂ ਇਹਨੂੰ ਨਾ ਮਾਸ਼ਾਅੱਲਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਡਿਸ਼ ਸ਼ੂਟ ਕਰਨ ਲੱਗੇ ਹਾਂ। ਅਤੇ ਹੁਣ ਅਸੀਂ ਵੀਡੀਓ ਦਾ ਐਂਡ ਕਰ ਰਹੇ ਹਾਂ। ਅਤੇ ਮੈਂ ਕਿਹਾ ਮਾਸ਼ਾਅੱਲਾ ਆਪਣੇ ਵਿਵਰਾਂ ਨੂੰ ਨਾ ਵਿਖਾ ਕੇ ਡਿਸ਼ ਸ਼ੂਟ ਕਰਕੇ ਅਤੇ ਖਾ ਕੇ ਚੈੱਕ ਕਰ ਲਵੀਏ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਵੇਖ ਲਓ ਮਾਸ਼ਾਅੱਲਾ ਕਿਤਨੀ ਸਾਡੀ ਮਜ਼ੇ ਦੀ ਡਿਸ਼ ਤਿਆਰ ਹੋ ਗਈ ਹੈ। ਐਂ ਵੇਖੋ ਅਤੇ ਮੈਂ ਤੁਹਾਨੂੰ ਖਾ ਕੇ ਵੀ ਇੱਕ ਪੀਸ ਚੈੱਕ ਕਰਕੇ ਵੀ ਖਾਂਦੀ ਹਾਂ। ਬਹੁਤ ਮਜ਼ੇ ਦੀ ਬਣੀ ਆ। ਅਤੇ ਉਮੀਦ ਕਰਦੀ ਹਾਂ ਕਿ ਅੱਜ ਦੀ ਰੈਸਪੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਅਤੇ ਅੱਜ ਦੀ ਵੀਡੀਓ ਦਾ ਅਸੀਂ ਇੱਥੇ ਹੀ ਕਰਦੇ ਹਾਂ ਐਂਡ। ਉਹ ਤਾਂ ਫਿਰ ਨਵੀਂ ਰੈਸਪੀ ਨਾਲ ਤੁਹਾਨੂੰ ਮਿਲਾਂਗੇ। ਅਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਕਰੋ, ਲਾਈਕ ਵੀ ਕੀਤਾ ਕਰੋ ਅਤੇ ਆਪਣੇ ਪਿਆਰਿਆਂ ਨਾਲ ਸ਼ੇਅਰ ਵੀ ਕੀਤਾ ਕਰੋ।
ਅਤੇ ਅੱਲਾ ਹਾਫਿਜ਼ ਹੋ, ਅਤੇ ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਅਤੇ ਸਦਾ ਸਲਾਮਤ ਰਹੋ, ਅਤੇ ਤੁਸੀਂ ਵੀ ਇਹ ਰੈਸਪੀ ਜ਼ਰੂਰ ਫਾਲੋ ਕਰਨਾ। ਮਾਸ਼ਾਅੱਲਾ ਵੀ ਦੇਖ ਲਓ, ਕਰੀਮ ਸਾਡੀ ਜਿਹੜੀ ਹੈ ਨਾ ਉਹ ਅਸਾਂ ਉਡੀਕ ਕਰ ਰਹੇ ਹਾਂ, ਸਲੱਕੀ ਸਲੱਕੀ ਹੋ ਗਈ ਹੈ, ਅੱਧਾ ਘੰਟਾ ਸਾਨੂੰ ਲੱਗਾ, ਅਤੇ ਹੁਣ ਅਸੀਂ ਦੇਖ ਜਿਹੜੀ ਹੈ ਨਾ ਮਿੱਠੀ ਮੈਂਗੋ ਡਿਸ਼ ਸ਼ੂਗਰ ਭਰੀ ਉਹ ਅਸੀਂ ਤਿਆਰ ਕਰੀ ਹੈ। ਮੈਂਗੋ ਡਿਸ਼ ਤੋਂ ਬਾਅਦ ਸ਼ੂਗਰ ਭਰੀ ਵੀ ਲਾਰੋ ਸਮੇਂ ਜਿਹੜਾ ਵੀ ਸ਼ੂਗਰ ਅਸੀਂ ਕੋਈ ਨਹੀਂ ਪਾਈ, ਚੀਨੀ ਚੀਨੀ ਕੋਈ ਨਹੀਂ ਪਾਈ, ਖੰਡ ਉਹ ਜਿਹੜੀ ਖੰਡ ਹੁੰਦੀ ਨਾ ਉਹ ਅਸੀਂ ਕੋਈ ਨਹੀਂ ਮਾਸ਼ਾਅੱਲਾ ਅਗਲੀ ਵਾਰ ਵੇਖ ਲਓ, ਕਰੀਮ ਸਾਡੀ ਬੀਟ ਹੋ ਗਈ, ਇਹਦੇ ਵਿੱਚ ਅਸੀਂ ਹੋਰ ਕੋਈ ਚੀਜ਼ ਨਹੀਂ ਪਾਈ, ਨਾ ਕੋਈ ਕਸਟਰ ਪਾਇਆ, ਕੋਈ ਕੁਛ ਵੀ ਨਹੀਂ ਪਾਇਆ, ਬਿਲਕੁਲ ਸਾਦੀ ਕਰੀਮ ਅਸੀਂ ਜਿਹੜੀ ਹੈ ਨਾ ਇਹਨੂੰ ਬੀਟ ਕੀਤਾ, ਅਤੇ ਹੁਣ ਇਹਨੂੰ ਅਸੀਂ ਬੀਟ ਕਰ ਲਿਆ, ਅਤੇ ਹੁਣ ਅਸੀਂ ਇਹ ਡਿਸ਼ ਨੂੰ ਬਣਾਉਣਾ ਸ਼ੁਰੂ ਕਰੂੰਗਾ ਰੈਡੀ। ਬਿਸਮਿਲ੍ਲਾ ਰਹਿਮਾਨ ਰਹੀਮ, ਇਹ ਵੇਖ ਲਓ ਅਗਲੀ ਵਾਰ ਮਾਸ਼ਾਅੱਲਾ ਬੀਟ ਹੋ ਗਈ ਹੈ ਸਾਡੀ ਕਰੀਮ, ਅਤੇ ਹੁਣ ਇਹ ਮਿੱਠੀ ਡਿਸ਼ ਅਸੀਂ ਬਣਾਉਣੀ ਸ਼ੁਰੂ ਕਰੂੰਗਾ, ਕਰ ਲਈਏ, ਅਤੇ ਹੁਣ ਤੁਸੀਂ ਵੇਖਦੇ ਜਾਓ ਅਸੀਂ ਕਿਸ ਤਰੀਕੇ ਨਾਲ ਬਣਾਉਂਦੇ ਹਾਂ। ਮਾਸ਼ਾਅੱਲਾ ਹੁਣ ਅਸੀਂ ਉੱਤੇ ਕੇਕ ਲਾਉਣਾ ਸ਼ੁਰੂ ਕਰ ਰਹੇ ਹਾਂ, ਇਹ ਫਰੂਟ ਕੇਕ ਆ ਥੋੜ੍ਹੇ ਛੋਟੇ ਛੋਟੇ ਪੀਸ ਹੈ, ਆਮ ਦੀ ਅਸੀਂ ਪਿਊਰੀ ਉੱਤੇ ਬਣਾ ਕੇ ਲਾ ਰਹੇ ਹਾਂ, ਮੈਂਗੋ ਪਿਊਰੀ ਉਹ ਪਿਊਰੀ ਵੀ ਅਸੀਂ ਉੱਤੇ ਲਾ ਦਿੱਤੀ ਹੈ, ਪਹਿਲੇ ਥੱਲੇ ਕਰੀਮ ਦੀ ਲੇਅਰ ਲਾਈਏ, ਫਿਰ ਅਸੀਂ ਕੇਕਾਂ ਦੀ ਲੇਅਰ ਲਾਈਏ, ਅਤੇ ਹੁਣ ਉੱਤੇ ਅਸੀਂ ਮੈਂਗੋ ਪਿਊਰੀ ਵੀ ਸੁੱਟ ਦਿੱਤੀ ਹੈ, ਇਸ ਤਰੀਕੇ ਨਾਲ ਐਂ ਵੇਖ ਲਿਆ। ਹੁਣ ਮਾਸ਼ਾਅੱਲਾ ਦੂਸਰੀ ਲੇਅਰ ਅਸੀਂ ਫਿਰ ਕਰੀਮ ਦੀ ਲਾ ਰਹੇ ਹਾਂ, ਬਿਸਮਿਲ੍ਲਾ ਆ ਕਿਊਬ ਕਟਿੰਗ ਕੀਤੀ ਹੋਈ ਅਸੀਂ ਛੋਟੇ ਛੋਟੇ ਮੈਂਗੋ ਦੇ, ਉਹ ਵੀ ਲਾ ਰਹੇ ਹਾਂ। ਪਹਿਲਾ ਟਾਈਮ ਤਾਂ ਹੁਣ ਫਿਰ ਅਸੀਂ ਤੀਸਰੀ ਲੇਅਰ ਲਾ ਰਹੇ ਹਾਂ ਉੱਤੇ ਕਰੀਮ ਦੀ, ਅਸੀਂ ਦੇਸੀ ਤਰੀਕੇ ਨਾਲ ਇਸ ਤਰੀਕੇ ਨਾਲ ਸੁੱਟ ਹੀ ਦੇਣੀ, ਸਾਰਾ ਕੁਛ ਇਕੱਠਾ ਹੀ ਸੁੱਟ ਦੇਣਾ ਇਸ ਤਰੀਕੇ ਨਾਲ, ਬਹੁਤ ਮਜ਼ੇ ਦੀ ਡਿਸ਼ ਬਣਦੀ ਹੈ, ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਕਰੀਮ ਬੀਟ ਕਰਨ 'ਤੇ, ਕੋਈ ਨਹੀਂ ਪਾਈ ਚੀਨੀ ਤੋਂ ਬਗੈਰ ਹੀ ਅਸੀਂ ਤਾਂ ਬਣਾ ਰਹੇ ਹਾਂ, ਅਤੇ ਤੁਹਾਨੂੰ ਜ਼ਰੂਰਤ ਹੋਵੇ ਤਾਂ ਤੁਸੀਂ ਚੀਨੀ ਵੀ ਪਾ ਸਕਦੇ ਹੋ, ਜਿਹਦੇ ਵੀ ਥੋੜ੍ਹੇ ਜਿਹੇ ਸੁੱਕਣੇ ਆ। ਬਿਸਮਿਲ੍ਲਾ ਰਹਿਮਾਨ, ਇਹ ਵੇਖ ਲਓ ਇਹ ਥੋੜ੍ਹੇ ਜਿਹੇ ਬਦਾਮ ਪਿਸਤਾ ਅਤੇ ਅਖਰੋਟ ਕੱਟੇ ਹੋਏ ਇਹ ਮੈਂ ਉੱਤੇ ਲਾ ਰਹੀ ਹਾਂ,
ਇਹ ਵੇਖ ਲਓ ਵੀ ਵਾਰ ਮਾਸ਼ਾਅੱਲਾ ਥੋੜ੍ਹਾ ਜਿਹਾ ਮੈਂ ਕਲਰ ਵੀ ਉੱਤੇ ਰੂਹ ਅਫਜ਼ਾ ਲਾ ਰਹੀ ਹਾਂ, ਰੂਹ ਅਫਜ਼ਾ, ਰੂਹ ਅਫਜ਼ਾ ਦਾ ਵੀ ਟੇਸਟ ਬਹੁਤ ਅੱਛਾ ਹੁੰਦਾ। ਡੈਕੋਰੇਟ ਕਰ ਰਹੀ ਹਾਂ, ਡੈਕੋਰੇਸ਼ਨ ਬਣਾ ਰਹੀ ਹਾਂ। ਤੁਸੀਂ ਨਾਲ ਸਹੀ ਮੈਂ ਮਾਸ਼ ਦੇਖ ਲਓ ਵੀ ਵਾਰ ਸਾਡੀ ਡਿਸ਼ ਜਿਹੜੀ ਹੈ ਨਾ ਉਹ ਮਾਸ਼ਾਅੱਲਾ ਰੈਡੀ ਹੋ ਗਈ, ਬਣ ਕੇ ਤਿਆਰ ਹੋ ਗਈ ਹੈ। ਅਤੇ ਹੁਣ ਅਸੀਂ ਇਹਨੂੰ ਨਾ ਫਰਿੱਜ ਵਿੱਚ ਰੱਖਣ ਲੱਗੇ ਹਾਂ, ਫਰੀਜ਼ਰ ਵਿੱਚ ਰੱਖਾਂਗੇ। ਇਹ 1 ਘੰਟਾ ਫਰੀਜ਼ਰ 'ਚ ਪਈ ਰਹੇਗੀ ਅਤੇ ਫਿਰ ਤੁਹਾਨੂੰ ਡਿਸ਼ ਆਊਟ ਕਰਕੇ ਵਿਖਾਵਾਂਗੇ।